ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੋ ਕਿ ਮਲੂਕਾ ਵਿਖੇ ਸਥਿਤ ਹੈ। ਇਹ ਸਕੂਲ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਸੇਵਾਵਾਂ ਨਿਭਾ ਰਿਹਾ ਹੈ। ਇੱਥੋਂ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਰਹਿੰਦਾ ਹੈ। ਸਕੂਲ ਵਿਖੇ ਅੱਜ ਦੇ ਟਾਈਮ ਦੇ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਉਪਲਬਧ ਹੈ। ਬੀਤੇ ਦਿਨ ਸਾਡੀ ਟੀਮ ਨੇ ਸਕੂਲ ਦਾ ਦੌਰਾ ਕੀਤਾ। ਪੇਸ਼ ਹੈ ਪੰਜਾਬ ਪ੍ਰੈਸ ਦੀ ਟੀਮ ਵੱਲੋਂ ਇੱਕ ਰਿਪੋਰਟ। Thank you.
basket. I have got chance to participate in football at state level. In my school, all the teachers are very hardworking. We get good education. Our principal also very sporty. I am happy to be here. Thank you. My name is Sandeep Kaur. I study in 8th class. I have been studying here for 8 years. I got chance to participate in different cultural activities, religious activities and quiz competitions. All the teachers and principal are very supportive. Our principal, Mrs. Krindakar, is very nice and helpful. Since our school is run by SGPC, we are getting religious education. We celebrate all the Guru Purbs and Shahidi Purbs. I am happy to be a part of it. Thank you. I'm Amandeep Kaur. I'm an English teacher and I have been working here since 2008. Mrs. Gurinder Kaur is our principal and we are doing very well under her guidance. School is run by SGPC. There are many schools, colleges and institutes under the management of SGPC. For the better working of the schools, Directorate of Education is established at Patiala. School is fully furnished with the labs, libraries, music room, art room. School has its own transport facility. There are approximately 1,000 students and 50 staff members. School is participating in different religious and cultural activities. Day by day, school is reaching new heights. ਮੈਂ ਚਰਨਜੀਤ ਕੌਰ ਬਤੌਰ ਸਾਇੰਸ ਅਧਿਆਪਕਾ 2008 ਤੋਂ ਸਕੂਲ ਵਿੱਚ ਕੰਮ ਕਰ ਰਹੀ ਹਾਂ। ਇਹ ਸਕੂਲ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਹੈ, ਜੋ ਕਿ ਸਾਡੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ। ਇਹ ਸਕੂਲ CBSE ਨਾਲ ਐਫੀਲੇਟਡ ਹੈ। ਸਨ 2008 ਤੋਂ ਸ਼੍ਰੀਮਤੀ ਗੁਰਿੰਦਰ ਕੌਰ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ, ਜਿਨ੍ਹਾਂ ਦੀ ਅਗਵਾਈ ਸਦਕਾ ਸਕੂਲ ਦਿਨ ਬੇ ਦਿਨ ਤਰੱਕੀ ਕਰਦਾ ਜਾ ਰਿਹਾ ਹੈ। ਸਕੂਲ ਵਿੱਚ ਸ਼ੁਰੂ ਵਿੱਚ 392 ਵਿਦਿਆਰਥੀ ਪੜ੍ਹਦੇ ਸਨ, ਜਿਨ੍ਹਾਂ ਦੀ ਗਿਣਤੀ ਲਗਭਗ 1,000 ਹੋ ਚੁੱਕੀ ਹੈ। ਇਹ ਸਕੂਲ ਬੇਸ਼ੱਕ ਪੇਂਡੂ ਇਲਾਕੇ ਵਿੱਚ ਸਥਿਤ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਉੱਚ ਮਿਆਰ ਦੇ ਸਕੂਲਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਦਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਕੂਲਾਂ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੀ ਸਥਾਪਨਾ ਕੀਤੀ ਗਈ ਹੈ, ਜੋ ਕਿ ਪਟਿਆਲਾ ਵਿਖੇ ਸਥਿਤ ਹੈ। ਪ੍ਰਿੰਸੀਪਲ ਮੈਡਮ ਵਿੱਦਿਆ ਦੀ ਦਾਨੀ ਇਹ ਸੰਸਥਾ ਜਿਹੜੀ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਪੇਂਡੂ ਏਰੀਏ ਦੇ ਵਿੱਚ ਬੱਚਿਆਂ ਲਈ ਇੱਕ ਵਰਦਾਨ ਬਣ ਚੁੱਕੀ ਹੈ ਔਰ ਸਿੱਖੀ ਨੂੰ ਬੜਾਵਾ ਦੇਣ ਦੇ ਲਈ ਇਸ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਕਦਮ ਜਿਹੜੇ ਉਠਾਏ ਜਾ ਰਹੇ ਨੇ। ਤੁਸੀਂ ਐਜ ਏ ਪ੍ਰਿੰਸੀਪਲ ਸੇਵਾ ਕਰ ਰਹੇ ਹੋ ਇੱਥੇ, ਕੀ ਕਹਿਣਾ ਚਾਹੋ? ਮੈਂ ਇਹ ਕਹਿਣਾ ਚਾਹਾਂਗੀ ਕਿ ਇਹ ਜੋ ਸਕੂਲ ਹੈ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਉਹਨਾਂ ਨੇ ਇਹ ਜਿਹੜੇ ਇੰਗਲਿਸ਼ ਮੀਡੀਅਮ ਸਕੂਲ ਨੇ ਇਹ 2008 ਦੇ ਵਿੱਚ ਸ਼ੁਰੂ ਕੀਤੇ ਸੀ ਪੇਂਡੂ ਇਲਾਕੇ ਦੇ ਵਿੱਚ, ਤਾਂ ਕਿ ਜਿਹੜੇ ਪੇਂਡੂ ਬੱਚੇ ਨੇ ਜਿਨ੍ਹਾਂ ਨੂੰ ਬਹੁਤ ਦੂਰ ਸ਼ਹਿਰ ਤੱਕ ਜਾਣਾ ਪੈਂਦਾ ਹੈ ਇੰਗਲਿਸ਼ ਮੀਡੀਅਮ ਸਕੂਲਾਂ ਦੇ ਵਿੱਚ ਪੜ੍ਹਾਈ ਕਰਨ ਦੇ ਲਈ, ਤਾਂ ਸ਼੍ਰੋਮਣੀ ਕਮੇਟੀ ਨੇ ਇਹ ਉਪਰਾਲਾ ਕੀਤਾ ਕਿ ਆਪਣੇ ਸਿੱਖੀ ਧਰਮ ਦੇ ਨਾਲ ਨਾਲ ਜੋੜਨ ਲਈ ਬੱਚਿਆਂ ਨੂੰ ਵਧੀਆ ਉਹਦੇ ਨਾਲ ਨਾਲ ਸਿੱਖੀ ਧਰਮ ਦੇ ਨਾਲ ਜੋੜ ਕੇ ਔਰ ਵਧੀਆ ਵਿੱਦਿਆ ਵੀ ਉਹਨਾਂ ਨੂੰ ਦਿੱਤੀ ਜਾ ਸਕੇ, ਤਾਂ ਕਿ ਜਿਹੜੇ ਬੱਚੇ ਨੇ ਉਹ ਇੱਥੋਂ ਪੇਂਡੂ ਇਲਾਕੇ ਦੇ ਵਿੱਚੋਂ ਪੜ੍ਹ ਕੇ ਅੱਗੇ ਜਾ ਕੇ ਕੋਈ ਸਾਇੰਟਿਸਟ, IAS ਆਫਿਸਰ, ਫੌਜ ਦੇ ਵਿੱਚ ਜਾ ਕੇ ਵਧੀਆ ਆਪਣਾ ਨਾਮ ਕਮਾ ਸਕਣ, ਤਾਂ ਇਹ ਸ਼੍ਰੋਮਣੀ ਕਮੇਟੀ ਦਾ ਬਹੁਤ ਹੀ ਵਧੀਆ ਉਪਰਾਲਾ। ਔਰ ਜਿਹੜਾ ਇਹ ਸਕੂਲ ਹੈ 2008 ਦੇ ਵਿੱਚ ਸ਼ੁਰੂ ਹੋਇਆ ਸੀ, ਉਦੋਂ ਅਸੀਂ 392 ਬੱਚਿਆਂ ਦੇ ਨਾਲ ਇਹ ਸਕੂਲ ਸ਼ੁਰੂ ਕੀਤਾ ਸੀ, ਅੱਜ ਸਕੂਲ ਦੀ ਸਟਰੈਂਥ 808 ਬੱਚਾ ਸਾਡੇ ਕੋਲ ਹੈ ਔਰ ਸਾਰੇ ਹੀ ਪੇਰੈਂਟਸ ਬਹੁਤ ਜ਼ਿਆਦਾ ਸੈਟਿਸਫਾਈਡ ਨੇ ਸਕੂਲ ਦੀ ਕਾਰਗੁਜ਼ਾਰੀ ਤੋਂ। ਬਹੁਤ ਵਧੀਆ ਸਟਾਫ ਜਿਹੜਾ ਹੈ ਮੇਰੇ ਕੋਲ ਹੈ, ਜਿਹੜੇ ਕਿ ਬੱਚਿਆਂ ਦੀ ਸੇਵਾ ਕਰ ਰਹੇ ਨੇ, ਬੱਚਿਆਂ ਨੂੰ ਇੱਥੇ ਘਰ ਵਾਲਾ ਮਾਹੌਲ ਅਸੀਂ ਪ੍ਰੋਵਾਈਡ ਕਰ ਰਹੇ ਹਾਂ, ਤਾਂ ਕਿ ਬੱਚੇ ਜਿਹੜੇ ਨੇ ਉਹ ਖੇਡ ਦੇ ਵਿੱਚ ਸਿੱਖ ਕੇ ਹੀ ਅੱਗੇ ਜਾ ਕੇ
ਇਹ ਸਮਾਜ ਦੀ ਸੇਵਾ ਕਰ ਸਕਦੇ। ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜੇ ਆਮ ਇੰਗਲਿਸ਼ ਮੀਡੀਅਮ ਸਕੂਲ ਹੁੰਦੇ ਨੇ ਸ਼ਹਿਰਾਂ ਦੇ ਵਿੱਚ, ਉਹਨਾਂ ਨੇ ਜਿਹੜੀ ਐਡਮਿਸ਼ਨ ਚਾਰਜਿਸ ਨੇ ਜਾਂ ਫਿਰ ਫੀਸ ਹੈ ਬੱਚਿਆਂ ਦੀ, ਉਹ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨੂੰ ਮਾਂ ਬਾਪ ਅਫੋਰਡ ਨਹੀਂ ਕਰ ਸਕਦੇ। ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹੜਾ ਸ਼੍ਰੋਮਣੀ ਕਮੇਟੀ ਹੈ ਉਹਨਾਂ ਨੇ ਜਿਹੜੇ ਬੱਚਿਆਂ ਦੀ ਫੀਸ ਦੇ ਵਿੱਚ ਸਾਨੂੰ ਕਨਸੈਸ਼ਨ ਦਿੱਤਾ ਹੋਇਆ, ਬਹੁਤ ਘੱਟ ਹੈ ਫੀਸ ਬਾਕੀ ਇੰਗਲਿਸ਼ ਮੀਡੀਅਮ ਸਕੂਲਸ ਦੇ ਕੰਪੈਰੀਜ਼ਨ 'ਚ। ਜਿਸ ਤਰ੍ਹਾਂ ਕਿ ਜੇ 90% ਤੋਂ ਉੱਪਰ ਬੱਚਾ ਸਕੋਰ ਕਰਦਾ ਮਾਰਕਸ ਬੋਰਡ ਦੀਆਂ ਕਲਾਸਾਂ ਦੇ ਵਿੱਚ, ਤਾਂ ਉਹਨਾਂ ਨੂੰ ਅਸੀਂ ਕਨਸੈਸ਼ਨ ਦਿੰਦੇ ਹਾਂ, ਸਪੈਸ਼ਲ ਕਨਸੈਸ਼ਨ। ਔਰ ਇੱਦਾਂ ਹੀ ਜਿਸ ਤਰ੍ਹਾਂ ਉਹਨਾਂ ਦੀ 100% ਫੀਸ ਮਾਫ ਹੈ ਬੱਚਿਆਂ ਦੀ, ਔਰ ਜਿਹੜੇ 60% ਤੋਂ 80% ਤੋਂ ਉੱਪਰ ਬੱਚੇ ਨੰਬਰ ਲੈਂਦੇ ਨੇ ਉਹਨਾਂ ਦੀ 40% ਫੀਸ ਮਾਫ ਹੈ। ਦੋ ਭੈਣ ਭਰਾ ਪੜ੍ਹਦੇ ਨੇ, ਛੋਟੇ ਬੱਚੇ ਦੀ ਫੀਸ ਅੱਧੀ ਹੈ। ਤਿੰਨ ਪੜ੍ਹਦੇ ਨੇ ਤਾਂ ਤਿੰਨਾਂ 'ਚੋਂ ਜਿਹੜੇ ਦੋਵਾਂ ਦੀ ਅੱਧੀ ਹੈ, ਇੱਕ ਦੀ ਪੂਰੀ ਲੱਗਦੀ ਹੈ। ਅਤੇ ਜਿਹੜੀਆਂ ਇਹ ਫੈਸਿਲਿਟੀਜ਼ ਨੇ ਇਹ ਜਿਹੜੇ ਸ਼ਹਿਰਾਂ ਵਾਲੇ ਸਕੂਲ ਹੈ ਉਹ ਆਮ ਕਰਕੇ ਨਹੀਂ ਦਿੰਦੇ। ਇਸ ਕਰਕੇ ਬੜੀ ਅਫੋਰਡੇਬਲ ਔਰ ਜੈਨੂਅਨ ਜੀ ਫੀਸ ਰੱਖ ਕੇ ਸ਼੍ਰੋਮਣੀ ਕਮੇਟੀ ਨੇ ਉਪਰਾਲਾ ਕੀਤਾ ਕਿ ਅਸੀਂ ਵਿੱਦਿਆ ਦੇ ਖੇਤਰ ਵਿੱਚ ਵਧੀਆ ਜਿਹੜੀਆਂ ਹੈ ਕਾਰਗੁਜ਼ਾਰੀ ਕਰਕੇ ਦਿਖਾਈਏ, ਫੀਸ ਘੱਟ ਰੱਖੀਏ ਬੱਚਿਆਂ ਦੀ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੱਚੇ ਸਕੂਲ ਦੇ ਵਿੱਚ ਦਾਖਲਾ ਲੈ ਸਕਣ, ਅਤੇ ਇਹ ਜਿਹੜਾ ਉਪਰਾਲਾ ਸ਼੍ਰੋਮਣੀ ਕਮੇਟੀ ਦਾ ਹੈ ਉਸਦਾ ਲਾਭ ਲੈ ਸਕਣ। ਮੈਡਮ, ਇੱਕ ਵਾਹਿਦ ਸਕੂਲ ਜਿਹੜਾ ਕੇਵਲ ਵਿੱਦਿਆ ਦਾ ਦਾਨ ਹੀ ਨਹੀਂ, ਉਹਦੇ ਨਾਲ ਨਾਲ ਕਲਚਰਲ ਐਕਟੀਵਿਟੀਜ਼, ਗੇਮਸ, ਧਾਰਮਿਕ ਸਿੱਖਿਆ, ਹਰ ਚੀਜ਼ ਨੂੰ ਜਿਹੜਾ ਹੈਗਾ ਇਹ ਸਕੂਲ ਜਿਹੜਾ ਪ੍ਰਮੋਟ ਕਰ ਰਿਹਾ। ਅਸੀਂ ਦੇਖ ਰਹੇ ਹਾਂ ਕਿ ਇੱਥੋਂ ਦੇ ਬੱਚੇ ਜਿਹੜੇ ਹੈਗੇ ਆ, ਕੋਈ ਵੀ ਕੰਪੀਟੀਸ਼ਨ ਹੁੰਦਾ ਤਾਂ ਉਹਦੇ 'ਚ ਨਾਮ ਤੋਂ ਬਿਨਾਂ ਨਹੀਂ ਆਉਂਦੇ ਗੇ। ਉਹਦਾ ਕੀ ਕਾਰਨ ਹੈ ਕਿ ਤੁਸੀਂ ਸਕੂਲ ਨੂੰ ਇਕੱਲਾ ਵਿੱਦਿਆ ਹੀ ਨਹੀਂ ਸਾਰੀਆਂ ਚੀਜ਼ਾਂ ਨੂੰ ਘੁਮਿਆਰ ਨਹੀਂ ਕਰ ਰਹੇ? ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਬੱਚਿਆਂ ਦੀ ਜਿਹੜੀ ਓਵਰਆਲ ਪਰਸਨੈਲਿਟੀ ਹੈ ਉਹ ਅੱਗੇ ਜਾ ਕੇ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਇਸ ਕਰਕੇ ਅਸੀਂ ਵਿੱਦਿਆ ਦੇ ਨਾਲ ਨਾਲ ਬੱਚਿਆਂ ਨੂੰ ਜਿਸ ਤਰ੍ਹਾਂ ਕਿ ਗੁਰਬਾਣੀ ਕੰਠ ਹੈ ਔਰ ਗੁਰਬਾਣੀ ਦੀ ਸੰਥਿਆ ਹੈ ਉਹ ਵੀ ਨਾਲ ਨਾਲ ਕਰਵਾਉਂਦੇ ਹਾਂ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਸਕੂਲ ਹੈ ਤਾਂ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ। ਔਰ ਜਿੱਥੇ ਵੀ ਬੱਚੇ ਆਸ ਪਾਸ ਦੇ ਇਲਾਕੇ ਦੇ ਵਿੱਚ ਜਾਂਦੇ ਨੇ ਉਹ ਬੱਚੇ ਉਹਦੇ ਵਿੱਚ, ਚਾਹੇ ਸਹਿਜ ਪਾਠ ਹੈ ਚਾਹੇ ਉਹ ਸ਼ਬਦ ਗਾਇਨ ਹੈ, ਆਸੇ ਪਾਸੇ ਇਲਾਕੇ ਦੇ ਵਿੱਚ ਜਦੋਂ ਵੀ ਕਿਧਰੇ ਕੋਈ ਕੰਪੀਟੀਸ਼ਨ ਹੁੰਦਾ ਹੈ ਤਾਂ ਬੱਚੇ ਸਾਡੇ ਜ਼ਰੂਰ ਪ੍ਰਾਈਜ਼ ਲੈ ਕੇ ਆਉਂਦੇ ਆ। ਸਾਡੇ ਕੋਲ ਜਿਹੜੇ ਟੀਚਰ ਨੇ, ਧਾਰਮਿਕ ਟੀਚਰ ਔਰ ਮਿਊਜ਼ਿਕ ਟੀਚਰ, ਇਹ ਇਸ ਦੇ ਵਿੱਚ ਬਹੁਤ ਵੱਡਾ ਰੋਲ ਹੈ ਉਹ ਅਦਾ ਕਰ ਰਹੇ ਹੈ। ਤਾਂ ਇਸ ਦੇ ਨਾਲ ਨਾਲ ਹੀ ਜਿਹੜੇ ਆਰਟ ਟੀਚਰ ਹੈ ਸਾਡੇ ਇੰਦਰਜੀਤ ਸਿੰਘ, ਔਰ ਉਹ ਵੀ ਬਹੁਤ ਵਧੀਆ ਮਤਲਬ ਤਰ੍ਹਾਂ ਆਰਟ ਦੀਆਂ ਜਿਹੜੀਆਂ ਬੱਚੇ ਨੂੰ ਕਲਾਤਮਿਕ ਰੁਚੀਆਂ ਜਿਹੜੀਆਂ ਸਾਡੀਆਂ ਉਹਨਾਂ ਨੂੰ ਪ੍ਰਮੋਟ ਕਰਨ ਲਈ ਬਹੁਤ ਵੱਡਾ ਰੋਲ ਅਦਾ ਕਰ ਰਹੇ ਹੈ। ਪਿੱਛੇ ਦੇ ਕੰਪੀਟੀਸ਼ਨ ਜਿੰਨੇ ਵੀ ਇਲਾਕੇ ਦੇ ਵਿੱਚ ਹੋਏ ਨੇ ਲਗਾਤਾਰ ਸਾਡੇ ਬੱਚੇ ਫਸਟ ਪ੍ਰਾਈਜ਼ ਲੈ ਕੇ ਆਏ ਹੈ 4 ਕੰਪੀਟੀਸ਼ਨਸ ਦੇ ਵਿੱਚ। ਔਰ ਮੈਂ ਸੋਚਦੀ ਹਾਂ ਕਿ ਜਿਹੜਾ ਇੱਦਾਂ ਦੇ ਉਪਰਾਲੇ ਨੇ ਟੀਚਰਸ ਵੱਲੋਂ ਕੀਤੇ ਜਾ ਰਹੇ ਹੈ, ਉਹਨਾਂ ਦੀ ਮਿਹਨਤ ਲਗਾ ਕੇ ਬੱਚਿਆਂ ਨੂੰ ਜਿਹੜੀ ਤਿਆਰੀ ਕਰ ਰਹੇ ਹੈ ਉਹ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦੇ ਅੱਗੇ ਵੀ ਬਹੁਤ ਜ਼ਿਆਦਾ ਕੰਮ ਆਏਗਾ ਜ਼ਿੰਦਗੀ ਦੇ ਵਿੱਚ। ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਵੋਕੇਸ਼ਨਲ ਸਬਜੈਕਟਸ ਨੂੰ ਸਰਕਾਰ ਵੀ ਪ੍ਰਮੋਟ ਕਰ ਰਹੀ ਹੈ, ਅਤੇ ਜੇ ਮੈਂ ਸਮਝਦੀ ਹਾਂ ਕਿ ਜੇ ਕੋਈ ਬੱਚਾ ਵਿੱਦਿਆ ਦੇ ਵਿੱਚ ਥੋੜ੍ਹਾ ਕਮਜ਼ੋਰ ਵੀ ਹੈ ਤਾਂ ਕਲਾਤਮਕ ਰੁਚੀਆਂ ਦੇ ਵਿੱਚ ਉਹ ਆਪਣੇ ਆਪ ਨੂੰ ਅੱਗੇ ਲਿਜਾ ਕੇ ਜ਼ਿੰਦਗੀ ਆਪਣੀ ਜਿਹੜੀ ਹੈ ਉਹ ਬਹੁਤ ਵਧੀਆ ਤਰ੍ਹਾਂ ਸੈੱਟ ਕਰ ਸਕਦਾ। ਅਤੇ ਇਸ ਤਰ੍ਹਾਂ ਹੀ ਜਿਹੜੇ ਸਾਡੇ ਹੋਰ ਟੀਚਰ ਨੇ, ਜਿਸ ਤਰ੍ਹਾਂ ਖੇਡਾਂ ਦੇ ਮੈਦਾਨ ਵਿੱਚ ਲੈ ਲਈਏ ਤਾਂ ਸਾਡੇ DP ਜਿਹੜੇ ਨੇ ਉਹ ਬਹੁਤ ਮਿਹਨਤੀ ਹੈ, ਸਾਡੇ ਖਿਡਾਰੀ ਜਿਹੜੇ ਸਕੂਲ ਦੇ ਨੇ ਉਹ ਨੈਸ਼ਨਲ ਤੱਕ ਖੇਡ ਕੇ ਆਏ ਨੇ ਸੋਫਟਬਾਲ ਦੇ ਵਿੱਚ ਔਰ ਡੋਜ਼ਬਾਲ ਦੇ ਵਿੱਚ ਗਰਲਸ ਨੇ, ਔਰ ਫੁੱਟਬਾਲ ਦੀ ਟੀਮ ਜਿਹੜੀ ਸਾਡੀ ਜੂਨੀਅਰਸ ਦੀ ਹੈ ਉਹ ਸਟੇਟ ਖੇਲ ਕੇ ਆਈ ਹੈ। ਤਾਂ ਇਹ ਸਮਝਦੀ ਹਾਂ ਮੈਂ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜ਼ਿੰਦਗੀ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਬਹੁਤ ਜ਼ਰੂਰੀ ਨੇ ਔਰ ਅਸੀਂ ਇਹਨਾਂ ਨੂੰ ਬਹੁਤ ਵਧੀਆ ਤਰ੍ਹਾਂ ਪ੍ਰਮੋਟ ਕਰ। ਹਾਂਜੀ, ਅੰਤ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਕਿ ਜਿਹੜੇ ਇਹ ਇੰਗਲਿਸ਼ ਮੀਡੀਅਮ ਸਕੂਲ ਨੇ ਇਹ ਪੇਂਡੂ ਏਰੀਏ ਦੇ ਵਿੱਚ ਸ਼੍ਰੋਮਣੀ ਕਮੇਟੀ ਚਲਾ ਰਹੀ ਹੈ। ਮੈਂ ਧੰਨਵਾਦ ਕਰਾਂਗੀ ਪ੍ਰਧਾਨ ਜੀ ਦਾ ਔਰ ਡਾਇਰੈਕਟਰ ਐਜੂਕੇਸ਼ਨ ਦਾ, ਜਿਨ੍ਹਾਂ ਦੀ ਵਧੀਆ ਸੋਚ ਦੇ ਸਦਕਾ ਸਕੂਲ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸਾਨੂੰ ਆਉਣ ਦਿੰਦੇ। ਉਹਨਾਂ ਦੀ ਸੋਚ ਬਹੁਤ ਵਧੀਆ ਹੈ ਔਰ ਸਕੂਲ ਨੂੰ ਤਰੱਕੀਆਂ ਦੇ ਵੱਲ ਲੈ ਕੇ ਜਾ ਰਹੇ ਹੈ, ਚਾਹੇ ਉਹ ਬਿਲਡਿੰਗ ਦਾ ਪਾਰਟ ਹੋਏ, ਚਾਹੇ ਸਾਡੇ ਜਿਹੜੀਆਂ ਲੈਬਸ ਨੇ ਉਹ ਅਪਡੇਟਡ ਲੈਬਸ ਆ ਸਾਡੇ ਕੋਲ, ਕੈਮਿਸਟਰੀ, ਫਿਜ਼ਿਕਸ, ਬਾਇਓ, ਮੈਥਸ ਔਰ ਇੰਗਲਿਸ਼ ਲੈਂਗੁਏਜ ਲੈਬ, ਸਾਡੇ ਕੋਲ ਇਹ ਬਹੁਤ ਵਧੀਆ ਤਰ੍ਹਾਂ ਚੱਲ ਰਹੀਆਂ ਨੇ। ਔਰ ਖੇਡ ਦੇ ਮੈਦਾਨ ਨੂੰ ਅਪਡੇਟ ਕਰਨਾ ਹੁੰਦਾ ਕਿਸੇ ਵੀ ਤਰ੍ਹਾਂ ਦੀ, ਜਦੋਂ ਸਾਨੂੰ ਹੈਲਪ ਦੀ ਲੋੜ ਹੁੰਦੀ ਹੈ ਤਾਂ ਅਸੀਂ ਜਦੋਂ ਪ੍ਰਧਾਨ ਜੀ ਨੂੰ ਜਾਂ ਡਾਇਰੈਕਟਰ ਸਾਹਿਬ ਨੂੰ ਅਪਰੋਚ ਕਰਦੇ ਹਾਂ, ਜਾਂ ਸਕੱਤਰ ਸਾਹਿਬ ਸਾਡੇ ਜਿੰਨੇ ਵੀ ਨੇ ਉਹ ਬਹੁਤ ਹੀ ਵੱਡਾ ਯੋਗਦਾਨ ਅਦਾ ਕਰਦੇ ਨੇ, ਖਾਸ ਰੁਚੀ ਲੈ ਕੇ ਉਹ ਸਕੂਲਾਂ ਦੇ ਵਿੱਚ ਸਕੂਲ ਨੂੰ ਪ੍ਰਮੋਟ ਕਰ ਰਹੇ ਨੇ। ਔਰ ਅੰਤ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗੀ ਕਿ ਇਹ ਇਕੱਲੇ ਪ੍ਰਿੰਸੀਪਲ ਦੇ ਸਿਰ 'ਤੇ ਸਕੂਲ ਨਹੀਂ ਚੱਲਦਾ, ਇਹ ਇੱਕ ਟੀਮ ਵਰਕ ਹੈ ਔਰ ਮੇਰੇ ਟੀਚਰਸ ਜਿਹੜੇ ਨੇ ਉਹ ਬਹੁਤ ਵਧੀਆ ਰੋਲ ਇਸ ਦੇ ਵਿੱਚ ਅਦਾ ਕਰ ਰਹੇ ਨੇ, ਕਿਉਂਕਿ ਟੀਚਰਸ ਦੀ ਮਿਹਨਤ ਦੇ ਸਦਕਾ ਹੀ ਸਕੂਲ ਨੂੰ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ।
ਔਰ ਮੈਂ ਇਹੀ ਬੇਨਤੀ ਕਰਨਾ ਚਾਹਵਾਂਗੀ ਕਿ ਸੁਣ ਰਹੇ ਸਾਰੇ ਹੀ ਦਰਸ਼ਕਾਂ ਨੂੰ ਕਿ ਇੱਕ ਵਾਰ ਸਕੂਲ ਜ਼ਰੂਰ ਵਿਜ਼ਿਟ ਕਰੋ, ਆ ਕੇ ਦੇਖੋ ਔਰ ਆਪਣੇ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਦਾਖਲਾ ਦਵਾ ਕੇ ਉਹਨਾਂ ਦੇ ਚੰਗੇ ਭਵਿੱਖ ਦੀ ਮੈਂ ਆਸ ਕਰਦੀ ਹਾਂ ਕਿ ਬਹੁਤ ਵਧੀਆ ਅਸੀਂ ਇਨਸਾਨ ਹਰ ਜ਼ਿੰਦਗੀ ਦੇ ਹਰ ਫੀਲਡ ਦੇ ਵਿੱਚ ਉਹਨਾਂ ਨੂੰ ਬਣਾ ਕੇ ਇੱਥੋਂ ਭੇਜਾਂਗੇ ਅਤੇ ਤੁਸੀਂ ਸਾਡੇ 'ਤੇ ਵਿਸ਼ਵਾਸ ਕਰਕੇ ਇੱਕ ਵਾਰ ਇਹ ਸਕੂਲ ਜ਼ਰੂਰ ਵਿਜ਼ਿਟ ਕਰੋ ਔਰ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਵਾਓ। ਧੰਨਵਾਦ ਧੰਨਵਾਦ।